ਮੇਰੇ ਹਸਬੰਦ ਮਜ਼ਦੂਰੀ ਕਰਦੇ ਨੇ ਅੱਜ ਦੇ ਹਾਲਾਤ 300 ਰੁਪਏ ਦਿਹਾੜੀ ਤੇ ਤੁਸੀਂ ਆਪ ਦੇ ਕੋ ਸਰਕਾਰ ਜੀ ਕਿਵੇਂ ਗੁਜ਼ਾਰੇ ਚੱਲਦੇ 300 ਦੇ ਨਾਲ ਤੁਸੀਂ ਕਿਵੇਂ ਗੁਜ਼ਾਰੋ ਗੈਸ ਵੀ ਮਹਿੰਗਾ ਦੁੱਧ ਵੀ ਮਹਿੰਗਾ ਗੁੜ ਚਾਹ ਵੀ ਮਹਿੰਗਾ ਕੀ ਸਰਕਾਰ ਜੀ ਸਾਡੀ ਹੱਥ ਫੜ ਕੇ ਬੀਰਦੀ ਆ ਅੱਜ ਅਸੀਂ ਅਜੇ ਹੀ ਦੋ ਮਹਿਲਾਵਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੂੰ ਤਿੰਨ ਸਰਕਾਰਾਂ ਨੇ ਨਖਾਰਿਆ ਅੱਜ ਵੀ ਇਹ ਕਰਮਚਾਰੀ ਉਸੇ ਤਰੀਕੇ ਦੇ ਨਾਲ ਆਪਣੀ ਮੰਗ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਬੈਠਦੇ ਨੇ ਜਾਂ ਉਹਨਾਂ ਨੂੰ ਆਪਣੀ ਗੱਲ ਰੱਖਦੇ ਨੇ ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਉਸ ਟਾਈਮ ਸਾਨੂੰ ਕਿਹਾ ਗਿਆ ਕਿ ਤੁਸੀਂ ਕੰਪਨੀ ਜੁਆਇਨ ਕਰੋ ਜੋ ਸੇਵਾ ਸੌਦਾ ਕੇਂਦਰ ਹੈਗੇ ਆ ਉਹ ਬੰਦ ਹੋ ਚੁੱਕੇ ਆ 85% डीसी साफ ਹੋਏ ਰਹਿੰਦੀ ਸੀ ਔਰ 15% ਸੀ ਜਿਹੜੀ ਉਹ ਗਵਰਨਮੈਂਟ ਦੇ ਖਾਤੇ ਚ ਜਾਂਦੀ ਸੀ ਉਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਡੇ ਕੋਲੇ ਹੁਣ ਇਹ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਪਰ ਡਿਊਟੀ ਇਲੈਕਸ਼ਨ ਚ ਚਲਾਈ ਜਾਂਦੀ ਆ ਤੁਹਾਡੇ ਨੀਲੇ ਕਾਰਡ ਦੇ ਵਿੱਚ ਚਲਾਈ ਜਾਂਦੀ ਆ ਅਸੀਂ ਕਦੇ ਨਾ ਨਹੀਂ ਸੀ ਬਾਕੀ ਮੁਲਾਜ਼ਮ ਨਾ ਕਰ ਜਾਂਦੇ ਸੀ ਅਸੀਂ ਦਿਨ ਤੇ ਰਾਤ ਇਲੈਕਸ਼ਨ ਦੇ ਵਿੱਚ ਵੀ ਡਿਊਟੀ ਕੀਤੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪਹਿਲ ਦੇ ਆਧਾਰ ਤੇ ਸਵਿਵਿਧਾ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇਵਾਂਗੇ 9 ਮਹੀਨੇ ਬੀਤ ਚੁੱਕੇ ਹੈਗੇ ਆ ਹਲੇ ਸਾਡੇ ਹੱਥ ਬੱਲੇ ਕੁਝ ਨਹੀਂ ਪੈ ਰਿਆ ਸੀ ਇਸ ਸਸਤ ਮੁਲਾਜ਼ਮ ਜਿੱਥੇ ਮਰਜੀ ਸਰਕਾਰ ਸੈੱਟ ਕਰਦੇ ਅਸੀਂ ਰਹਿਣ ਨੂੰ ਤਿਆਰ ਆ ਸੀ ਕੰਮ ਦੇ ਕਰਿੰਦੇ ਸੀ ਕੰਮ ਤੋਂ ਨੱਕ ਨਹੀਂ ਵੱਟਦੇ ਹੈਗੇ ਕਿ ਅੱਜ ਅਸੀਂ ਕੰਪਨੀ ਦੇ ਵਿੱਚ ਜੁਆਇਨ ਕਰ ਲੈਨੇ ਆਂ ਕੱਲ ਨੂੰ ਸਾਨੂੰ ਕੰਪਨੀ ਕਹ ਦੂਗੀ ਜਾਓ ਜੀ ਅਸੀਂ ਤੁਹਾਨੂੰ ਨਹੀਂ ਰੱਖਸਾ ਕਰ ਤੁਹਾਡਾ ਕੰਮ ਨਹੀਂ ਠੀਕ ਚੱਲ ਰਿਹਾ ਜਾਂ ਕਿਵੇਂ ਵੀ ਹੈ ਸਰਕਾਰਾਂ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ ਉਸ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਲੋਕਾਂ ਨੂੰ ਸੁਪਨੇ ਦਿਖਾਏ ਜਾਂਦੇ ਨੇ ਕਿ ਤੁਹਾਨੂੰ ਰੋਜ਼ਗਾਰ ਦਵਾਂਗੇ ਜਿਹੜਾ ਕੋਈ ਵੀ ਪ੍ਰਾਈਵੇਟ ਨੌਕਰੀ ਕਰ ਰਿਆ ਹੁੰਦਾ ਉਸ ਦੇ ਨਾਲ ਵੀ ਵਾਅਦਾ ਕੀਤਾ ਜਾਂਦਾ ਕਿ ਤੁਹਾਨੂੰ ਪੱਕਾ ਕਰ ਦੇਵਾਂਗੇ ਪਰ ਜਿਵੇਂ ਹੀ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ तमाम ਵਾਅਦੇ तमाम ਦਾਅਵੇ ਜਿਹੜੇ ਨੇ ਉਹ ਝੂਠੇ ਸਾਬਤ ਹੋਣੇ ਸ਼ੁਰੂ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਕੋਈ ਇੱਕ ਉਦਾਹਰਨ ਅਜਿਹੀ ਨਹੀਂ ਹੈ ਸੈਂਕੜੇ ਅਜਿਹੀਆਂ ਉਦਾਹਰਨਾਂ ਨੇ ਅਜਿਹੇ ਮੁਲਾਜ਼ਮਾਂ ਦੀਆਂ ਇਹ ਕਰਮਚਾਰੀਆਂ ਦੀਆਂ ਜਿਨ੍ਹਾਂ ਨੂੰ ਸਰਕਾਰ ਨੇ ਸੱਤਾ ਦੇ ਵਿੱਚ ਆਉਂਦਿਆਂ ਹੀ ਵਿਸਾਰ ਦਿੱਤਾ ਅੱਜ ਅਸੀਂ ਅਜਿਹੇ ਦੋ ਮਹਿਲਾਵਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੂੰ ਤਿੰਨ ਸਰਕਾਰਾਂ ਨੇ ਨਖਾਰਿਆ ਪਹਿਲਾਂ ਅਕਾਲੀ ਦਲ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਸੀ ਤਾਂ ਉਸ ਸਮੇਂ ਸੁਵਿਧਾ ਕੇਂਦਰਾਂ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਇੱਕਦਮ ਕਹਿ ਦਿੱਤਾ ਗਿਆ ਕਿ ਤੁਸੀਂ ਜੌਬ ਤੋਂ ਹਟ ਚੁੱਕੇ ਹੋ ਤੁਹਾਨੂੰ ਜੌਬ ਤੋਂ ਹਟਾਇਆ ਜਾਂਦਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ ਕਾਂਗਰਸ ਸਰਕਾਰ ਵੀ ਇਹਨਾਂ ਸੁਵਿਧਾ ਕੇਂਦਰਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣਦੀ ਹੈ ਪਰ ਜਦੋਂ ਇਹ ਦੋਵੇਂ ਸਰਕਾਰਾਂ ਸੱਤਾ ਦੇ ਵਿੱਚ ਆਉਣਾ ਚਾਹੁੰਦੀਆਂ ਹੁੰਦੀਆਂ ਨੇ ਉਸ ਸਮੇ ਆਮ ਆਦਮੀ ਪਾਰਟੀ ਵੱਲੋਂ ਜ਼ਰੂਰ ਵਾਦਾ ਕੀਤਾ ਜਾਂਦਾ ਹੈ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇ ਐਮਪੀ ਹੁੰਦੇ ਨੇ ਉਹ ਵਾਦਾ ਕਰਦੇ ਨੇ ਕਿ ਜਿਵੇਂ ਹੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਅਸੀਂ ਤੁਹਾਡੀ ਹਰ ਗੱਲ ਮੰਨਾਂਗੇ ਤੁਹਾਨੂੰ ਨਾਲ ਦੀ ਨਾਲ ਰੋਜ਼ਗਾਰ ਦਵਾਂਗੇ ਪਰ ਹੁਣ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਆ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਨੇ ਜਿਹੜੇ ਪਹਿਲਾਂ ਐਮਪੀ ਹੁੰਦੇ ਵਾਦਾ ਕਰ ਰਹੇ ਸਨ ਅੱਜ ਵੀ ਇਹ ਕਰਮਚਾਰੀ ਉਸੇ ਤਰੀਕੇ ਦੇ ਨਾਲ ਆਪਣੀ ਮੰਗ ਕਿ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਬੈਠਦੇ ਨੇ ਜਾਂ ਉਹਨਾਂ ਨੂੰ ਆਪਣੀ ਗੱਲ ਰੱਖਦੇ ਨੇ ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਆਖਿਰ ਪੂਰਾ ਮਸਲਾ ਕੀ ਸੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਇਹ ਪੂਰਾ ਸੰਘਰਸ਼ ਦਾ ਸਫ਼ਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਉਸੇ ਤਰੀਕੇ ਨਾਲ ਚੱਲ ਰਿਹਾ 2016 ਦੀ ਇਹ ਗੱਲ ਹੈ ਮੈਮ ਕਦੋਂ ਹੋਇਆ ਤੇ ਜਦੋਂ ਤੁਹਾਨੂੰ ਕਿਹਾ ਗਿਆ ਕਿ ਸੁਵਿਧਾ ਕੇਂਦਰ ਹੁਣ ਜੀ ਤੁਸੀਂ ਸੁਵਿਧਾ ਕੇਂਦਰਾਂ 'ਚ ਕੰਮ ਨਹੀਂ ਕਰੋਗੇ ਇਹ ਪ੍ਰਾਈਵੇਟ ਕੰਪਨੀ ਨੂੰ ਸੁਵਿਧਾ ਕੇਂਦਰ ਜਿਹੜੇ ਸੌਂਪੇ ਜਾ ਰਹੇ ਨੇ ਇਹ ਮੈਂ ਮੇ 2000 ਸੈਪਟੰਬਰ 2016 ਦੀ ਗੱਲ ਹੈ ਤੇ ਉਸ ਟਾਈਮ ਸਾਨੂੰ ਕਿਹਾ ਗਿਆ ਕਿ ਤੁਸੀਂ ਕੰਪਨੀ ਜੁਆਇਨ ਕਰੋ ਜੋ ਸੇਵਾ ਸਬੂਧਾ ਕੇਂਦਰ ਹੈਗੇ ਆ ਉਹ ਬੰਦ ਹੋ ਚੁੱਕੇ ਆ ਜਿਹੜਾ ਅਕਾਲੀ ਭਾਜਪਾ ਸਰਕਾਰ ਨੇ ਇਹ ਜਿਹੜੇ ਸੈਂਟਰ ਹੈਗੇ ਆ ਇਹਨਾਂ ਨੂੰ ਬੰਦ ਕਰਕੇ ਕੰਟਰੈਕਟ ਦੇ ਪ੍ਰਾਈਵੇਟ ਕੰਪਨੀ ਨੂੰ ਕੰਟਰੈਕਟ ਦੇ ਦਿੱਤਾ ਗਿਆ ਹੈ ਇਸ ਕਰਕੇ ਤੁਸੀਂ ਇਸ ਜਿਹੜੀ ਆਪਣੀਆਂ ਜੇ ਤੁਸੀਂ ਆਪਣੀ ਜੌਬ ਚਾਹੁੰਦੇ ਹੋ ਤੇ ਤੁਸੀਂ ਕੰਟਰੈਕਟ ਤੇ ਆਰੀ ਕੰਪਨੀ ਜੁਆਇਨ ਕਰੋ ਪਰ ਅਸੀਂ ਉਸ ਟਾਈਮ ਜਿਹੜੀ ਕੰਪਨੀ ਹੈ ਇਹ ਜੁਆਇਨ ਨਹੀਂ ਕੀਤੀਗੀ ਅਸੀਂ ਇਹ ਕਹਿ ਰਹੀ ਸੀ ਕਿਉਂਕਿ ਉਸ ਟਾਈਮ ਜਿਹੜਾ ਜੋ ਸੜੀ ਸੁਸਾਇਟੀ ਸੁਖਮਨੀ ਸੁਸਾਇਟੀ ਦੇ ਚੇਅਰਮੈਨ ਸੀ ਉਹ ਡੀਸੀ ਸਾਹਿਬ ਹੁੰਦੇ ਸੀਗੇ ਜੋ ਸਾਨੂੰ ਡੀਸੀ ਸਾਹਿਬ ਤੋਂ ਸਾਨੂੰ ਸੈਲਰੀ ਹੈ ਜਿਹੜੀ ਉਹ ਮਿਲਦੀ ਸੀਗੀ ਕਿਹੜੇ ਕਿਹੜੇ ਡੀਸੀ ਹੁੰਦੇ ਸੀ ਮੈਂ ਚਾਹੂੰਗੀ ਕਿ ਨਾਮ ਵੀ ਤੁਸੀਂ ਲੈ ਲਓ ਡੀਸੀ ਸਾਹਿਬ ਮੈਮ ਉਸ ਟਾਈਮ ਸਾਡੇ ਮੋਗੇ ਦੇ ਡੀਸੀ ਸਾਹਿਬ ਪਰਮੇਂਦਰਪਾਲ ਸਿੰਘ ਜੀ ਸੀਗੇ ਠੀਕ ਹੈ ਜੀ ਤਾਂ ਉਸ ਟਾਈਮ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ 85% ਸੀ ਜਿਹੜੀ ਜੋ ਸਾਡੀ ਇਨਕਮ ਹੁੰਦੀ ਸੀ 85% ਡੀਸੀ ਸਾਹਿਬ ਕੋਲੇ ਰਹਿੰਦੀ ਸੀ ਔਰ 15% ਸੀ ਜਿਹੜੀ ਉਹ ਗਵਰਨਮੈਂਟ ਦੇ ਖਾਤੇ ਚ ਆਉਂਦੀ ਸੀ ਜੋ ਜਿਹੜੀ ਸੈਲਰੀ ਸੀ ਸਾਨੂੰ ਉਹ ਡੀਸੀ ਸਾਹਿਬ ਦਿੰਦੇ ਸੀਗੇ ਪਰ ਜਦੋਂ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਜਿਹੜੀ ਸੈਲਰੀ ਹੈ ਔਰ ਜਿਸ ਤਰ੍ਹਾਂ ਅੱਗੇ ਸਾਨੂੰ ਡੀਸੀ ਸਾਹਿਬ ਦੇ ਰਹੇ ਆ ਅਸੀਂ ਉਸੇ ਤਰ੍ਹਾਂ ਹੀ ਲਵਾਂਗੇ ਅਸੀਂ ਕੰਪਨੀ ਦੇ ਅੰਡਰ ਨਹੀਂ ਜੁਆਇਨ ਕਰਨਾਗਾ ਤੇ ਉਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਡੇ ਕੋਲੇ ਹੁਣ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਤੁਸੀਂ ਕੰਪਨੀ ਜੁਆਇਨ ਕਰੋ ਪਰ ਅਸੀਂ ਫਿਰ ਸੰਘਰਸ਼ ਦਾ ਰੂਪ ਦਿੱਤਾ ਦੇ ਮਤਲਬ ਕਿ ਗਏ ਅਸੀਂ ਲੰਬੀ ਗਏ ਸਰਕਾਰਾਂ ਨੂੰ ਵੀ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ 2016 ਦੇ ਵਿੱਚ ਜਦੋਂ ਤੁਸੀਂ ਕਾਲੀ ਦਲ ਸੱਤਾ ਦੇ ਵਿੱਚ ਸੀ ਤੁਹਾਡੇ ਵੱਲੋਂ ਲੰਬੀ ਦੇ ਵਿੱਚ ਵੀ ਜਿਹੜਾ ਧਰਨਾ ਲਗਾਇਆ ਗਿਆ ਸੀ ਉਹ ਧਰਨੇ ਬਾਰੇ ਵੀ ਮੈਂ ਚਾਹੂੰਗੀ ਕਿ ਤੁਸੀਂ ਦੱਸ ਦਿਓ ਵੀ ਤੁਸੀਂ ਕਦੋਂ ਸੋਚਿਆ ਵੀ ਅਸੀਂ ਇਹ ਧਰਨਾ ਲਾਉਣਾ ਹੈ ਉਸ ਤੋਂ ਬਾਅਦ ਫਿਰ ਉਸ ਸਮੇਂ ਸਰਕਾਰ ਨੇ ਕੀ ਰਿਸਪੌਂਸ ਦਿੱਤਾ ਸੀ ਮੈਨੂੰ ਸਤਸ੍ਰੀਕਾਲ ਮੈਂ ਅਸੀ ਮਰਜੀਤ ਕੌਰ ਬਰਨਾਲਾ ਜੀ ਅਸੀਂ ਸਾਲ 2016 ਦੇ ਵਿੱਚ ਲੰਬੀ ਡਰਨਾ ਲੱਗ ਰਿਹਾ ਸੀ ਅਸੀਂ ਆਪਣੇ ਰੋਜਗਾਰ ਬਹਾਲ ਕਰਨ ਦੇ ਵਿੱਚ ਜਦੋਂ ਕਿ ਅਸੀਂ 8-8 ਘੰਟੇ ਆਪਣੀ ਡਿਊਟੀ ਕਰਦੇ ਸੀ ਸ਼ਾਮ ਦੇ 5 ਵਜੇ ਜਾਂਦੇ ਸੀ ਸਾਡੇ ਡੀਸੀ ਸਾਹਿਬ ਵੱਲੋਂ ਲੈਟਰ ਆ ਜਾਂਦਾ ਸੀ ਵੀ ਅੱਜ ਤੁਹਾਡੀ ਡਿਊਟੀ ਇਲੈਕਸ਼ਨ ਚ ਚਲਾਈ ਜਾਂਦੀ ਆ ਟੋੜੇ ਨੀਲੇ ਕਾਡ ਦੇ ਵਿੱਚ ਲਾਈ ਜਾਂਦੀ ਹੈ ਅਸੀਂ ਕਦੇ ਨਾਂ ਨਹੀਂ ਸੀ ਕੀਤੇ ਹੈਗੇ ਬਾਕੀ ਮੁਲਾਜ਼ਮ ਨਾ ਕਰ ਜਾਂਦੇ ਸੀ ਅਸੀਂ ਦਿਨ ਤੇ ਰਾਤ ਇਲੈਕਸ਼ਨ ਦੇ ਵਿੱਚ ਵੀ ਡਿਊਟੀ ਕੀਤੀ ਸੀ ਅੱਜ ਅਸੀਂ ਉਹ 12 ਸਾਲ ਦਾ ਪੰਜਾਬ ਸਰਕਾਰ ਤੋਂ ਹੱਕ ਮੰਗਦੇ ਆ ਅੱਜ ਜਿਹੜੀ ਆਪਦੀ ਜ਼ਿੰਦਗੀ ਅਸੀਂ ਤੁਹਾਡੇ ਲੇਖੇ ਲਾ ਚੁੱਕੇ ਆ ਸਾਡੀਆਂ ਜਿਹੜੀਆਂ ਉਮਰਾਂ ਨੇ ਟੈਸਟਾਂ ਦੀਆਂ ਬੇਨਤੀਆਂ ਵੀ ਹੱਦਾਂ ਲੰਘ ਚੁੱਕੀਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 16 ਦੇ ਵਿੱਚ ਬਣੀ ਨਹੀਂ ਸੀਗੀ ਉਦੋਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੈਰ ਦੇ ਆਧਾਰ ਤੇ ਸੁਵਿਧਾ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇਵਾਂਗੇ ਅਸੀਂ ਹੱਥ ਬੰਨ ਕੇ ਬੇਨਤੀ ਆ ਸਾਡੀ ਸਰਕਾਰ ਮੂਰੇ ਵੀ ਸਰਕਾਰ ਜੀ ਸਾਡਾ ਜਿਹੜਾ ਰੁਜ਼ਗਾਰ ਦਾ ਮਸਲਾ ਹੈਗਾ ਹੱਲ ਕਰ ਦਿਓ ਜੀ ਉਦੋਂ ਉਦੋਂ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਸੀ ਜਦੋਂ ਤੁਸੀਂ 2016 ਤੱਕ 2004 ਤੋਂ 2016 ਤੱਕ ਕੰਮ ਕੀਤਾ ਉਦੋਂ ਕਿੰਨੀ ਤਨਖਾਹ ਤੁਹਾਨੂੰ ਹਰ ਮਹੀਨੇ ਮਿਲ ਜਾਂਦੀ ਸੀ ਮੈਡਮ ਉਹ ਸਾਨੂੰ 8000 ਤਨਖਾਹ ਮਿਲਦੀ ਸੀ ਉਹਦੇ ਵਿੱਚੋਂ ਸਾਡਾ EPF ਵਗੈਰਾ ਵੀ ਕੱਟਿਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਜਦੋਂ 2016 ਚ ਇਹ ਨੌਕਰੀਆਂ ਚਲੇ ਗਈਆਂ ਫਿਰ ਉਸ ਤੋਂ ਬਾਅਦ ਘਰ ਕਿਵੇਂ ਚਲਾਇਆ ਬੱਸ ਫਿਰ ਹਮ ਘਰ ਕਿਵੇਂ ਚਲਾਣਾ ਹਸਬੰਡ ਕੰਮ ਕਰ ਰਹੇ ਆ ਮੋ ਠੀਕ ਹੈ ਮੋ ਤੋ ਜਿਸ ਤਰ੍ਹਾਂ ਹੈਗਾ ਬੱਚੇ ਆ ਜਿਹੜੇ ਉਹ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਪੜ੍ਹਾਈ ਕਰ ਰਹੇ ਆ ਤੇ ਮਾੜੀ ਮੋਟੀ ਬੈਕਗਰਾਉਂਡ ਸੀਗੀ ਪਿਛਲੀ ਉਦੇ ਥਰੂ ਸਾਡੇ ਕਾਰਬਾਰ ਆ ਜਿਹੜੇ ਚੱਲ ਰਹੇ ਆ ਪਰ ਇਸ ਟਾਈਮ ਜਿਹੜਾ ਹੈਗਾ ਸਾਡਾ ਕੋਈ ਨਹੀਂ ਹੈਗਾ ਹਾਲ ਕਿ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਹੱਥ ਬੰਨ ਕੇ ਸਾਡੀ ਰਿਕੁਐਸਟ ਹੈ ਕਿ ਅਸੀਂ ਕੋਈ ਧਰਨੇ ਨਹੀਂ ਲਗਾਣੇ ਕੋਈ ਕੁਝ ਨਹੀਂ ਕਰਨਾ ਜਿਹੜੀ ਸਾਡੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਭਗਵੰਤ ਮਾਨ ਜੀ ਤੱਕ ਪਹੁੰਚਾਈ ਜਾਵੇ ਕਿਉਂਕਿ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਪ੍ਰੋਮਿਸ ਕੀਤਾ ਸੀਗਾ ਕਿ ਜਦੋਂ ਵੀ ਮੇਰੀ ਸਰਕਾਰ ਸੱਤਾ ਦੇ ਵਿੱਚ ਆਂਦੀ ਹੈ ਠੀਕ ਹੈ ਤੇ ਉਦੋਂ ਮੈਂ ਜਿਹੜਾ ਹੈਗਾ ਸਬਦਾਂ ਕਰਮਚਾਰੀਆਂ ਦਾ ਜਿਹੜਾ ਮਸਲਾ ਹੈਗਾ ਉਹ ਪਹਿਲੇ ਆਧਾਰ ਤੇ ਹੱਲ ਕਰਾਂਗਾ ਇਹਨਾਂ ਦਾ ਜਿਹੜਾ ਮੰਦਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਜਰੂਰ ਦੇਵਾਂਗਾ ਪਰ 9 ਮਹੀਨੇ ਬੀਤ ਚੁੱਕੇ ਹੈਗੇ ਆ ਹਲੇ ਸਾਡੇ ਹੱਥ ਪੱਲੇ ਕੁਝ ਨਹੀਂ ਪੈ ਰਿਹਾਗਾ ਅਸੀਂ ਹੱਥ ਜੋੜ ਕੇ ਇਹੀ ਰਿਕੁਐਸਟ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਜੀ ਸਾਡੀ ਵੀ ਰਿਕੁਐਸਟ ਸੁਣੋ ਸਾਨੂੰ ਵੀ ਸਾਡੇ ਘਰ ਦੇ ਚੁੱਲ੍ਹੇ ਵੀ ਜਗਣ ਜਿਹੜੇ ਠੰਡੇ ਹੋਏ ਪਏ ਨੇ ਇਹੀ ਸਾਡੀ ਬੇਨਤੀ ਹੈਗੀ ਆ ਦੀ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਨੁਮਾਇੰਦੇ ਤੁਹਾਡੇ ਕੋਲ ਆਏ ਵੋਟਾਂ ਤੋਂ ਪਹਿਲਾਂ ਵੀ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਕਿਉਂਕਿ 2016 ਤੋਂ ਬਾਅਦ ਲਗਭਗ 6 ਸਾਲ ਹੁਣ ਹੋ ਗਏ ਆ ਵੀ ਤੁਹਾਡੇ ਕੋਲ ਕੋਈ ਨੌਕਰੀ ਨਹੀਂ ਸੀਗੀ ਤੁਸੀਂ ਬਿਨਾਂ ਨੌਕਰੀ ਤੋਂ ਆਪਣੇ ਘਰ-ਬਾਰ ਚਲਾਇਆ ਉਦੋਂ ਕਿਹਨਾਂ ਨੇ ਆ ਕੇ ਤੁਹਾਨੂੰ ਵਾਅਦਾ ਕੀਤਾ ਕਿ ਅਸੀਂ ਸੱਤਾ ਦੇ ਵਿੱਚ ਆਉਂਦੇ ਆਂ ਹੀ ਤੁਹਾਨੂੰ ਤੁਹਾਡੇ ਹੱਕ ਦਿਵਾਵਾਂਗੇ ਇੱਕ ਤਾਂ ਜੀ ਕੁਲਤਾਰ ਸਿੰਘ ਸੰਧਮਨ ਸੀਗੇ ਜੀ ਤੇ ਆਪਣੇ ਬਲਜਿੰਦਰ ਕੌਰ ਸੀਗੇ ਮੈਡਮ ਤੇ ਆਪਣੇ ਸਰਦਾਰ ਲਾਲ ਸਿੰਘ ਉਗੋ ਜੀ ਤੇ ਵੱਖ-ਵੱਖ ਐਮਐਲਏ ਉਸ ਨਾਮ ਤੇ ਸੀਗੇ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਹੁਣ ਐਮਐਲਏ ਬਣ ਗਏ ਹਾਂਜੀ ਤੇ ਹੁਣ ਵੀ ਅਸੀਂ ਐਮਐਲਏ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਸੁਵਿਧਾ ਮੁਲਾਜ਼ਮ ਵੱਖ-ਵੱਖ ਜ਼ਿਲ੍ਹਿਆਂ ਨੂੰ ਐਮਐਲਏ ਸਾਹਿਬ ਨੂੰ ਮਿਲੇ ਆ ਬੇਨਤੀ ਪੱਤਰ ਦਿੱਤਾ ਹੈ ਜੀ ਵੀ ਸਾਡਾ ਰੁਜ਼ਗਾਰ ਤੁਹਾਡੀ ਸਰਕਾਰ ਆ ਗਈ ਹੁਣ ਸਾਡਾ ਰੁਜ਼ਗਾਰ ਮੋਹਿਆ ਕਰਵਾਓ ਤੇ ਜਿਹੜੇ ਸਾਡੇ ਘਰਾਂ ਦੇ ਚੁੱਲਿਆਂ ਦੀ ਅੱਗ ਹੈਗੀ ਤੁਸੀਂ ਵਾਦਾ ਕੀਤਾ ਸੀ ਵੀ ਠੰਡੇ ਹੈਗੇ ਅੱਜ ਅਸੀਂ ਤੁਹਾਡੀ ਆਸਤੀ ਹੀ ਜਗਣਗੇ ਇਹ ਤਾਂ ਸਿਰਫ ਦੋ ਜਦੋਂ ਦਾ ਸਾਡਾ ਰੁਜ਼ਗਾਰ ਛੁੱਟਿਆਗਾ ਮੇਰੇ ਹਸਬੰਦ ਮਜ਼ਦੂਰੀ ਕਰਦੇ ਨੇ ਅੱਜ ਦੇ ਹਾਲਾਤ 300 ਰੁਪਏ ਦਿਹਾੜੀ ਤੇ ਤੁਸੀਂ ਆਪ ਦੇਖੋ ਸਰਕਾਰ ਜੀ ਕਿਵੇਂ ਗੁਜ਼ਾਰੇ ਚੱਲਦੇ ਨੇ ਤੁਸੀਂ ਅੱਜ ਛਾਤੀ ਮਾਰ ਕੇ ਦੇਖੋ 300 ਦੇ ਨਾਲ ਤੁਸੀਂ ਕਿਵੇਂ ਗੁਜ਼ਾਰੋ ਗੈਸ ਵੀ ਮਹਿੰਗਾ ਦੁੱਧ ਵੀ ਮਹਿੰਗਾ ਗੁੜ ਚਾਹ ਵੀ ਮਹਿੰਗਾ ਕੀ ਨਹੀਂ ਚਾਹੀਦਾਗਾ ਪੇਟ ਸਭ ਕੁਝ ਮੰਗਦਾਗਾ ਵੀ ਸਰਕਾਰ ਜੀ ਸਾਡੀ ਹੱਥ ਮਣਕੀ ਬੀਤਦੀ ਆ ਅਸੀਂ ਇਹਨਾਂ ਵਿੱਚੋਂ ਵੀ ਕੁਝ ਹੈਂਡੀਕੈਪ ਬੰਨ ਪ੍ਰਾਵੀ ਆ ਸਾਡੇ ਵਿੱਚ ਮੈਂ ਮੈਂ ਉਹੀ ਪੁੱਛ ਰਹੀ ਸੀ ਤੁਸੀਂ ਕਿੰਨੇ ਜਾਣੇ ਕਿਉਂਕਿ ਹੁਣ ਤਾਂ ਤੁਸੀਂ ਸਾਡੇ ਕੋਲ ਸਿਰਫ ਦੋ ਜਾਣੇ ਹੈਗੇ ਹੋ ਹੋਰ ਕਿੰਨੇ ਅਜਿਹੇ ਕਰਮਚਾਰੀ ਨੇ ਜਿਨ੍ਹਾਂ ਨੂੰ ਇੱਕਦਮ ਬਾਹਰ ਕੱਢ ਦਿੱਤਾ ਗਿਆ ਸੀ ਉਸ ਸਮੇਂ ਮੈਡਮ ਅਸੀਂ ਕਹਿੰਿਆ 158 ਮਲਾਜ਼ਮ ਸੀਗੇ ਜੀ ਉਹਨਾਂ ਵਿੱਚੋਂ ਕੁਝ ਐਂ ਹੈਂਡੀਕੈਪਡ ਸੀਗੇ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਜੋਬ ਮਿਲੀ ਵੀ ਸੀਗੀ ਕਈ ਮੀਆਂ ਬੀਬੀ ਵੀ ਹੈਂਡੀਕੈਪਟ ਨੇ ਕਈ ਇੱਕ ਇੱਕ ਵੀ ਹੈਂਡੀਕੈਪਟ ਆ ਕਿਸਿਆਂ ਨੂੰ ਦੂਸਰੋਂ ਜਿਨ੍ਹਾਂ ਦੇ ਹਸਬੰਡ ਕਿਸੇ ਲੜਾਈ ਝਗੜੇ ਦੇ ਕੇਸ 'ਚ ਮਾਰੇ ਗਏ ਸੀਗੇ ਉਹਨਾਂ ਨੂੰ ਵੀ ਤਰਸ ਦੇ ਆਧਾਰ ਤੇ ਜੋਬ ਮਿਲੀ ਸੀਗੀ ਜੀ ਅਸ ਟਾਈਮ ਅੱਜ ਕੁਝ ਮਲਾਜ਼ਮ ਸਾਡੇ ਵਿੱਚ ਓਵਰੇਜ ਹੋ ਚੁੱਕੇ ਨੇ ਕੁਝ ਮਲਾਜ਼ਮ ਦੀ 2-3 ਮਲਾਜ਼ਮ ਦੀ ਡੈਥ ਹੋ ਚੁੱਕੀ ਆ ਹੁਣ ਤਾਂ ਅਸੀਂ 5-600 ਮਲਾਜ਼ਮੀ ਹੀ ਰਹਿ ਗਏ ਜੇ ਸਰਕਾਰ ਚਾਹੇ ਤਾਂ ਡਿਪਾਰਟਮੈਂਟ ਵੀ ਦੱਸ ਦਿੰਨੇ ਆ ਡੀਸੀ ਦਫ਼ਤਰ ਵਿਹਲਾ ਪਿਆ ਇਲੈਕਸ਼ਨ ਦਫ਼ਤਰ ਵਿਹਲਾ ਪਿਆ ਡੀਓ ਦਫ਼ਤਰ ਵਿਹਲਾ ਪਿਆ ਟਰਾਂਸਪੋਰਟ ਦਫ਼ਤਰ ਵਿਹਲਾ ਪਿਆ ਗਾ ਨਗਰ ਕੌਂਸਲ ਵਿਹਲਾ ਪਿਆ ਕਾਰਪੋਰੇਸ਼ਨ ਵਿਹਲਾ ਪਿਆ ਗਾ ਅਸੀਂ ਸੇ ਸਸ ਸਸਤ ਮੁਲਾਜ਼ਮ ਜਿੱਥੇ ਮਰਜੀ ਸਰਕਾਰ ਸੈੱਟ ਕਰਦੇ ਅਸੀਂ ਰਹਿਣ ਨੂੰ ਤਿਆਰ ਆ ਅਸੀਂ ਕੰਮ ਦੇ ਕਰਿੰਦੇ ਆ ਅਸੀਂ ਕੰਮ ਤੋਂ ਨੱਕ ਨਹੀਂ ਵਟਦੇ ਹੈਗੇ ਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜਦੋਂ ਤੁਹਾਨੂੰ ਇਹ ਕਿਹਾ ਗਿਆ ਕੱਲ੍ਹ ਹੀ ਭਾਜਪਾ ਸਰਕਾਰ ਵਲੇ ਕਿ ਹੁਣ ਤੁਹਾਨੂੰ ਬਾਹਰ ਕੱਢਿਆ ਜਾ ਰਿਹਾ ਉਦੋਂ ਕੀ ਰੀਜ਼ਨ ਕੀ ਦੱਸਿਆ ਗਿਆ ਸੀ ਵੀ ਤੁਹਾਡੇ ਤੋਂ ਅਸੀਂ ਜੋਬ ਖੋ ਰਹੇ ਆ ਰੀਜਨ ਇਹੀ ਦੱਸਿਆ ਗਿਆ ਸੀ ਕਿ ਤੁਸੀਂ ਕੰਪਨੀ ਜੁਆਇਨ ਕਰੋ ਅਸੀਂ ਕੰਪਨੀ ਨਹੀਂ ਜੁਆਇਨ ਕੀਤੀ ਤੁਸੀਂ ਕਿਉਂ ਕੰਪਨੀ ਨਹੀਂ ਜੁਆਇਨ ਕੀਤੀ ਕਿਉਂਕਿ ਕੰਪਨੀ ਦਾ ਕੰਮ ਕੀ ਪਤਾ ਹੈ ਕੰਪਨੀ ਦਾ ਕੋਈ ਪਤਾ ਨਹੀਂਗਾ ਠੇਕੇਦਾਰ ਦਾ ਕੋਈ ਪਤਾ ਨਹੀਂਗਾ ਕਿਹੜੇ ਵੇਲੇ ਉਹਨਾਂ ਨੇ ਕਹਿ ਰਹਿਣਾ ਤੁਸੀਂ ਆਊਟ ਹੋ ਜਾ ਅਸੀਂ ਤਾਂ ਇਹ ਕਹਿੰਦੇ ਸੀ ਡੀਸੀ ਸਾਹ ਨੂੰ ਅਸੀਂ ਇਹ ਕਿਹਾ ਸੀ ਸਾਨੂੰ ਰਿਟਨ ਚ ਦੇ ਦਿਓ ਵੀ ਕੰਪਨੀ ਦੇ ਵਿੱਚ ਤੁਸੀਂ ਜੁਆਇਨ ਜੇ ਕਰ ਜਾਂਦੇ ਹੋ ਤੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੁਸੀਂ ਜਿਹੜੀ ਤੁਹਾਡੀ ਨੌਕਰੀ ਹੈ ਉਹ ਸੇਫ ਹੋਏਗੀ ਠੀਕ ਹੈ ਅੱਜ ਅਸੀਂ ਕੰਪਨੀ ਦੇ ਵਿੱਚ ਜੁਆਇਨ ਕਰ ਲਏ ਨੇ ਕੱਲ ਨੂੰ ਸਾਨੂੰ ਕੰਪਨੀ ਕਹ ਦੂਗੀ ਜਾਓ ਜੀ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਤੁਹਾਡਾ ਕੰਮ ਨਹੀਂ ਠੀਕ ਚੱਲ ਰਿਹਾ ਜਾਂ ਕਿਵੇਂ ਵੀ ਹੈ ਦੱਸੋ ਅਸੀਂ ਉਸ ਟਾਈਮ ਫਿਰ ਕਿੱਧਰ ਜਾਂਦੇ ਠੀਕ ਹੈ ਉਹ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਵੀ ਆਈ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਸਰਕਾਰ ਸੱਤਾ ਭੋਗ ਕੇ ਗਈ ਹੈ ਉਹਨਾਂ ਨਾਲ ਕੋਈ ਗੱਲਬਾਤ ਹੋਈ ਕਾਂਗਰਸੀਆਂ ਦੇ ਨਾਲ ਕਾਂਗਰਸ ਸਰਕਾਰ ਦੇ ਨਾਲ ਵੀ ਰਾਤ ਤੱਕ ਆਇਮ ਕਰਨਾ ਚਾਹਿਆ ਪਰ ਕਿਸੇ ਨੇ ਸਾਡੀ ਬਾਣੀ ਫੜੀ ਗਈ ਕਿਸੇ ਨੇ ਸਾਨੂੰ ਟਾਈਮ ਨਹੀਂ ਦਿੱਤਾ ਮੈਨੂੰ ਤੱਕ ਦਾ ਟਾਈਮ ਨਹੀਂ ਦਿੱਤਾ ਕਿਉਂਕਿ ਕਿਸੇ ਦਾ ਕਾਂਗਰਸ ਦੇ ਟਾਈਮ ਕਿਸੇ ਦਾ ਵੀ ਕੋਈ ਵਰਕ ਨਹੀਂ ਹੋਇਆਗਾ ਹੁਣ ਆਪ ਆਦਮੀ ਪਾਰਟੀ ਆਈ ਹੈ ਇਹਦੇ ਤੇ ਸਭ ਨੂੰ ਆਸਾਂ ਉਮੀਦਾਂ ਹੈਗੀਆਂ ਨੇ ਕਿ ਇਹ ਸਾਰਿਆਂ ਦਾ ਕੰਮ ਕਰਦੀ ਹੈ ਸਾਨੂੰ ਵੀ ਇਹਨਾਂ ਦਾ ਕੰਮ ਉਮੀਦ ਹੈ ਕਿ ਵੜਾ ਵੀ ਕੰਮ ਜ਼ਰੂਰ ਕਰਨਗੇ ਕਿਉਂਕਿ ਜੋ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਉਹਦੇ ਅਕੋਰਡਿੰਗ ਦੇਖਿਆ ਜਾਵੇ ਤੇ ਭਗਵੰਤ ਮਾਨਜੀ ਨੂੰ ਚਾਹੀਦਾ ਕਿ ਉਹ ਸਾਡੀ ਗੱਲ ਜ਼ਰੂਰ ਸੁਣਨ ਸਾਡੇ ਨਾਲ ਇੱਕ ਮੀਟਿੰਗ ਸਾਨੂੰ ਟੇਬਲ ਟਾਕ ਦੇਣ ਮੀਟਿੰਗ ਕਰਨ ਸਾਡੇ ਨਾਲ ਠੀਕ ਹੈ ਅਸੀਂ ਜੋ ਸਾਡੀਆਂ ਪ੍ਰੋਬਲਮਸ ਹੈਗੀਆਂ ਉਹ ਅਸੀਂ ਉਹਨਾਂ ਦੇ ਅੱਗੇ ਪੇਸ਼ ਕਰ ਸਕੀਏ ਤੁਸੀਂ ਇੱਥੋਂ ਹੁਣ ਆਮ ਆਦਮੀ ਪਾਰਟੀ ਚੋਂ ਕਿਸੇ ਨਾਲ ਹੁਣ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਸੱਤਾ ਦੇ ਵਿੱਚ ਆ ਗਏ ਨੇ ਕਿਸੇ ਨੂੰ ਤੁਸੀਂ ਦੱਸੀ ਆਪਣੀ ਇਹ ਸਮੱਸਿਆ ਤੇ ਉਹਨਾਂ ਨੇ ਤੁਹਾਨੂੰ ਕੀ ਜਵਾਬ ਦਿੱਤਾ ਅਸੀਂ ਅਸੀਂ ਜੀ ਸਰਦਾਰ ਗੁਰਮੀਤ ਸਿੰਘ ਮੀਤਹਿਰ ਜੀ ਨਹੀਂ ਜੋ ਸਾਡੇ ਡਿਪਾਰਟਮੈਂਟ ਦੇ ਏਮਪਲਾਈ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈਗੀ ਜੀ ਅਸੀਂ ਮੰਗ ਪੱਤਰ ਵੀ ਦਿੱਤਾਗਾ ਉਹ ਕਹਿੰਦਾ ਤੁਹਾਡੀ ਪ੍ਰੋਬਲਮ ਹੱਲ ਕਰਾਂਗੇ ਜੀ ਬਰਨਾਲਾ ਸ਼ਹਿਰ ਚ ਵੀ ਆਏ ਸੀਗੇ ਅਸੀਂ ਉਦੋਂ ਵੀ ਸਾਰੇ ਇਕੱਠੇ ਹੋਏ ਸੀਗੇ ਸਾਥੀ ਪੰਜਾਬ ਲੈਵਲ ਦੇ ਅਸੀਂ ਸਾਡੀ ਬਹੁਤ ਸੋਹਣੀ ਮੀਟਿੰਗ ਕੀਤੀ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਜੀ ਉਸ ਤੋਂ ਬਾਅਦ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਂ ਤਾਂ ਮੈਡਮ ਇਹ ਦੂਰ ਮੈਂ ਤਾਂ ਸੀ ਆ ਮੀਤ ਹੇਰ ਜੀ ਦੇ ਨਾਲ ਮੀਟਿੰਗ ਹੋਈ ਹੈ ਸਾਡੀ ਠੀਕ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਇਹ ਗੱਲ ਕੀਤੀ ਕਹੀ ਹੈ ਕਿ ਮੈਂ ਤੁਸੀਂ ਕੰਪਨੀ ਜੁਆਇਨ ਕਰ ਲਓ ਕੰਪਨੀ ਜੁਆਇਨ ਕਰੋ ਉਹਦੇ ਵਿੱਚ ਮੈਂ ਸਿਰਫ 100 150 ਬੰਦਾ ਜਿਹੜਾ ਤੁਹਾਡਾ ਉਹਨਾਂ ਨੂੰ ਐਡਜਸਟ ਕਰ ਸਕਦਾ ਬਾਕੀ ਜਿਹੜੇ ਰਹਿ ਗਏ ਹੈਗੇ ਆ ਉਹਨਾਂ ਨੂੰ ਫੇਅਰ ਐਡਜਸਟ ਕਰਾਂਗੇ ਇਹ ਜਿਹੜਾ ਮਸਲਾ ਹੈਗਾ ਮਤਲਬ ਕਿ ਜਿਹੜੇ ਸਾਰੇ EMPLOYEES ਐਡਜਸਟ ਕਰਨ ਦਾ ਮਸਲਾ ਹੈ ਇਹ ਮੈਂ ਨਹੀਂ ਕਰ ਸਕਦਾ ਇਹ CM ਸਾਹਿਬ ਵੀ ਤੁਹਾਡਾ ਮਸਲਾ ਹੱਲ ਕਰ ਸਕਦੇ ਆ सीएम साहब ਨਾਲ ਕੋਈ ਮੀਟਿੰਗ ਕਰਵਾ ਰਿਹਾ ਤੁਹਾਡੀ ਕਿਸੇ ਦੇ ਨਾਲ ਕੋਈ ਗੱਲ ਹੋਈ ਵੀ ਮੁੱਖ ਮੰਤਰੀ ਨਾਲ ਤੁਹਾਡੀ ਮੀਟਿੰਗ ਹੋਏਗੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਦਾ ਸਾਨੂੰ ਉਹੀ ਅਸੀਂ 25 26 ਦਸੰਬਰ ਨੂੰ ਆਏ ਸੀਗੇ ਪਹਿਲਾਂ ਦੋ ਤਿੰਨ ਵਾਰੀ ਆ ਚੁੱਕੇ ਹਾਂ ਅਸੀਂ 26 ਦਸੰਬਰ ਨੂੰ ਫੇਰ ਦੁਬਾਰਾ ਆਏ ਸੀ ਅਸੀਂ ਨਵਰਾਜ ਸਿੰਘ ਬਰਾੜ ਉਹ ਐਸਡੀ ਸਾਹਿਬ ਉਹਨਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 4 ਜਨਵਰੀ ਦਾ ਭਰੋਸਾ ਦਿਵਾਇਆ ਸੀਗਾ ਕਿ ਪਹਿਲ ਦੇ ਆਧਾਰ ਤੇ ਮੈਂ ਸੀਐਮ ਸਾਹਿਬ ਦੇ ਨਾਲ ਤੁਹਾਡੀ ਮੀਟਿੰਗ ਹੈ ਜਿਹੜੀ ਉਹ ਕਰਵਾਵਾਂਗਾ ਪਰ ਅੱਜ 4 ਜਨਵਰੀ ਉਹ ਅਸੀਂ ਆਏ ਪਰ ਅੱਜ ਸੀਐਮ ਸਾਹਿਬ ਦਿੱਲੀ ਗਏ ਹੋਏ ਐ ਐਸਵਾਈਐਲ ਦੇ ਮੁੱਦੇ ਤੇ ਮੀਟਿੰਗ ਹੋ ਰਹੀ ਆ ਉਹਨਾਂ ਦੀ ਇਸ ਕਰਕੇ ਉਹ ਸਾਨੂੰ ਨਹੀਂ ਮਿਲ 파 ਰਹੇਗੇ ਅੱਜ ਨਹੀਂ ਮਿਲੇਗੇ ਤੇ ਸਾਡੀ ਇਹੀ ਪੁਰਜ਼ੋਰ ਮੰਗ ਆ ਭਵੰਤਮਾਨ ਜੀ ਨੂੰ ਇਹੀ ਮੰਗ ਅਸੀਂ ਡਿਮਾਂਡ ਕਰਦੇ ਆ ਕਿ ਸਾਡੀ ਜਿਹੜੀ ਮੀਟਿੰਗ ਐ ਸਾਨੂੰ ਮੀਟਿੰਗ ਦਾ ਟਾਈਮ ਦਿੱਤਾ ਜਾਵੇ ਮੀਟਿੰਗ ਹੋਵੇ ਤੇ ਅਸੀਂ ਆਪਣੇ ਜਿਹੜੇ ਦੁੱਖੜੇ ਹੈਗੇ ਆ ਉਹਨਾਂ ਦੇ ਅੱਗੇ ਰੋ ਸਕੀਏ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਹੈ ਤਾਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਪੁਕਾਰ ਸੁਣਨਗੇ ਅਤੇ ਇਸ ਪੁਕਾਰ ਤੋਂ ਬਾਅਦ ਜੋ ਵੀ ਉਹਨਾਂ ਦੇ ਵੱਲੋਂ ਲੱਗਦਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਸੁਵਿਧਾ ਕੇਂਦਰ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੂੰ 2016 ਦੇ ਵਿੱਚ ਇੱਕਦਮ ਕੱਢ ਦਿੱਤਾ ਗਿਆ ਸੀ ਨੌਕਰੀ ਤੋਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਐਡਜਸਟ ਕੀਤਾ ਜਾਂਦਾ ਕਿਉਂਕਿ ਘਰਾਂ ਦੇ ਟੁੱਲਿਆਂ ਦੀ ਜਿਹੜੀ ਅੱਗ ਹੈ ਉਹ ਮੱਠੀ ਪਈ ਹੋਈ ਹੈ ਉਹ ਦੁਬਾਰਾ ਬਲਣੀ ਹੈ ਰੋਜ਼ਗਾਰ ਜੇਕਰ ਹੀ ਹੈ ਤਾਂ ਫਿਰ ਘਰ ਕਿਵੇਂ ਚੱਲਦੇ ਨੇ ਕਿਵੇਂ ਕਿਸ ਤਰੀਕੇ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਰੋਜ਼ਗਾਰ ਦੇ ਬਿਨਾ ਘਰ ਚਲਾਉਣ ਦੇ ਵਿੱਚ ਉਹ ਹਰ ਕੋਈ ਸਮਝ ਸਕਦਾ ਹੈ ਤਾਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੀ ਗੱਲ ਜ਼ਰੂਰ ਸੁਣਨਗੇ